ਭੁੱਖ ਉਹਨਾਂ ਨੇ ਮਰਨ ਵਾਲੇ ਨਹੀਂ ਛੱਡਣ ਸਾਰਾ ਕੁਝ ਜਾ ਕੇ ਖਾਣੇ ਖਾਧੇ ਮਸਜਿਦ ਨਬੀ ਚ ਡੇਰੇ ਲਾ ਲੈਣ ਅੱਲਾਹ ਅੱਲਾ ਦੇ ਰਸੂਲ ਕੋਲ ਮਾਫ਼ੀ ਮੰਗਣ ਦਾ ਨਹੀਂ ਮਰਨ ਵਾਲੇ ਨੇ ਸਾਰੇ ਹਜ਼ਰਤ ਨਹੀਂ ਮੁੱਕਦੀ ਔਰ 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 ਬੇੜਾ ਗਰਕ ਕਰ ਦਿਆ ਮੁਲਕ ਮੌਲਾਨਾ ਰੂਮ ਹਜ਼ਰਤ ਮਸਨੂ ਸ਼ਰੀਫ ਅਸਮਾ ਤੇ ਬਜ਼ੁਰਗ ਨਾ ਨਮਾਜ਼ ਪੜ੍ਹਨੇ ਕੇ ਲਈ ਜਾ ਰਹੇ ਜਬ ਮਸਜਿਦ ਕੇ ਕਰੀਬ ਪਹੁੰਚੇ ਤੋ ਕਿਆ ਦੇਖਤੇ ਹੈ ਬੱਚਾ ਰੋ ਰਹਾ ਹੈ ਬਜ਼ੁਰਗ ਥੇ ਨਾ ਦਿਲ ਹੀ ਨਹੀਂ ਮਾਨਾ ਬੱਚਾ ਰੋਤਾ ਛੋੜ ਕੇ ਸਭ ਮਸਜਿਦ ਜਾਣੇ ਕੋ ਆ ਕੇ ਬੱਚੇ ਕੇ ਸਰ ਤੇ ਦਸਤੇ ਸ਼ਫਕਤ ਰੱਖ ਕੇ ਪੁੱਛਾ ਤਾਂ ਕਿਆ ਕਿਉਂ ਰੋਂਦੇ ਹੈ ਉਹ ਕਾਕਾ ਕਿਸੇ ਕਹਤਾ ਜੀ ਮੈਂ ਖੇਡਦਾ ਥਾ ਔਰ ਖੇਡਤੇ ਖੇਡਤੇ ਨਾ ਮੇਰਾ ਇੱਕ ਰੁਪਿਆ ਗਵਾ ਸੀ ਇੱਕ ਰੁਪਿਆ ਕਹੀਂ ਗਿਰ ਗਿਆ ਖੋ ਗਿਆ ਉਸਕੇ ਖੋ ਜਾਣੇ ਪੇ ਰੋ ਰਹਾ ਹੂੰ ਅੱਛਾ ਮਗਰ ਨੌ ਰੁਪਈਆ ਆਪਣੇ ਪਾਸ ਸੇ ਦੇ ਦੇ ਤੋ ਬਹੁਤ ਖੁਸ਼ ਹੈ ਮੇਰੇ ਕਹਾ ਜੀ ਜੋ ਬਚਾ ਹੀ ਇੱਕ ਰੁਪਈਆ ਮੇਰਾ ਮਿਲ ਜਾਏ ਆਪ ਦੇ ਦੇ ਮੈਂ ਖੁਸ਼ ਹੂੰ ਮਕਸਦ ਜੋ ਇੱਕ ਰੁਪਈਆ ਜੋ ਮਰਜ਼ੀ ਜਾ ਮਰਜ਼ੀ ਆ ਜਾ ਬਜ਼ੁਰਗੋ ਨੇ ਆਪਣੀ ਜੇਬ ਸੇ ਇੱਕ ਰੁਪਈਆ ਨਿਕਾਲਾ ਬੱਚੇ ਕੋ ਦੀਆ ਬੱਚਾ ਖੁਸ਼ ਹੋ ਗਿਆ ਆਪਣੀ ਤਸ਼ੀਫ ਹੋ ਗਿਆ ਨਮਾਜ਼ ਕੀ ਜੋ ਨਮਾਜ਼ ਕਰ ਕੇ ਬਾਹਰ ਆਉਣ ਦਾ ਫਿਰ ਹੋ ਰਿਹਾ ਫਿਰ ਆਏ ਪੁੱਛਾ ਨਹੀਂ ਆ ਕਿਉਂ ਰੋ ਰਿਹਾ ਪਹਿਲੇ ਤੁਝੇ ਪੁੱਛਾ ਤੈਨੂੰ ਕਹਾ ਇੱਕ ਰੁਪਈਆ ਖੋ ਗਿਆ मैंने कहा जी पास से दे दू मैंने कहा जी जब मकसद ही एक रुपया है तो जिधर से मर्जी मिल जाए मैं खुश हूँ मैंने पास से दिया तो अब क्यों रो रहा है वो कहते जी आपने तो एक रुपया दे दिया और रोज ले रहा हूँ जो खो गया कभी हो गया अपने भी दो रुपये होने इसी तरह इसी तरह फैसलाबाद पूरा खरीद लो इन्हें कितने सुकून आना है कहना समुद्री की खरीद समुद्री की खरीद लो फिर इन्हें कहना गोजरा की खरीद गोजरा भी खरीद लो ਫਿਰ ਦਿਲ ਕਰਨਾ ਹੁਣ ਧੋਬਾ ਵੀ ਖਰੀਦੀ ਧੋਬਾ ਵੀ ਖਰੀਦ ਲਿਆ ਫਿਰ ਦਿਲ ਕਰਨਾ ਹੁਣ ਮਕੂਆਣਾ ਖਰੀਦੀ ਮਕੂਆਣਾ ਵੀ ਖਰੀਦ ਲਿਆ ਫਿਰ ਦਿਲ ਕਰੇਗਾ ਹੁਣ ਜੜਾ ਵਾਲਾ ਖਰੀਦੀ ਇਹ ਭੂਖ ਨਹੀਂ ਬਾਜ ਫਕੀਰਾ ਕਿਸੇ ਨਾ ਮਾਰਿਆ ਜ਼ਾਲਮ ਚੋਰ ਅੰਦਰ ਦਾ ਹੋ ਪੂਰਾ ਪਾਕਿਸਤਾਨ ਖਰੀਦ ਲਓ ਦਿਲ ਕਰੇਗਾ ਹੁਣ ਇੰਡੀਆ ਵੀ ਖਰੀਦੀ ਹੈ ਇੰਡੀਆ ਵੀ ਖਰੀਦ ਲਓ ਦਿਲ ਕਰੇਗਾ ਹੁਣ ਇਰਾਨ ਖਰੀਦੀ ਹੈ ਇਰਾਨ ਵੀ ਖਰੀਦ ਲਓ ਦਿਲ ਕਰੇਗਾ ਹੁਣ ਅਫਗਾਨਿਸਤਾਨ ਵੀ ਖਰੀਦੀ ਹੈ ਅਫਗਾਨਿਸਤਾਨ ਵੀ ਖਰੀਦ ਲਓ ਫਿਰ ਦਿਲ ਕਰੇਗਾ ਹੁਣ ਚਾਈਨਾ ਵੀ ਖਰੀਦੀ ਹੈ ਚਾਈਨਾ ਵੀ ਖਰੀਦ ਲਓ ਫਿਰ ਦਿਲ ਕਰੇਗਾ ਹੁਣ ਬੰਗਲਾਦੇਸ਼ ਵੀ ਖਰੀਦ ਲਈਏ ਔਰ ਖਰੀਦਤੇ ਖਰੀਦਤੇ ਨਾਲ ਹੀ ਇਜ਼ਰਾਈਲ ਅਸਲਾਮ ਨੇ ਆ ਜਾਣਾ ਕਰਾਂ ਮੈਂ ਨਹੀਂ ਚਲੋ ਚਲੋ ਅੱਗੇ ਹੋ ਬਸ ਖਤਮ ਐਂਡ ਫਿਨਿਸ਼ ਉਨੀ ਮੈਂ ਤੇ ਪਾਕਿਸਤਾਨ ਦਾ ਮਾਲਕ ਸਾਂ ਤੈਨੂੰ ਕਿਹਨੇ ਕਿਹਾ ਮਾਲਕ ਸਾਂ ਮਾਲਕ ਤੇ ਹੋਵੇ ਅੱਗੇ ਲੱਗ ਸਦਕਾ ਦਿੱਤਾ ਸੀ ਆ ਕਿਸੇ ਮਾੜੇ ਦੇ ਕੰਮ ਆਇਆ ਸੈ ਕਦੀ ਅੱਲਾ ਨੇ ਕਿਸੇ ਨੂੰ ਮਾਫ਼ ਕੀਤਾ ਹੀ ਆ ਜੇ ਸੌਦਾ ਹੀ ਤੇ ਰੱਖ ਲੈ ਬਾਕੀ ਜੋ ਜੋ ਤੂੰ ਕਹਿੰਦਾ ਰਿਹਾ ਗੱਡੀ ਬੈਠਕ ਸੋਫੇ ਬਿਸਤਰਾ ਬੀਵੀ ਬੱਚੇ ਭੈਣ ਭਰਾ ਖਤਮ ਇੱਥੇ ਹੀ ਸਾਰਾ ਕੁਝ ਬਸ ਅੱਗੇ ਹੋ ਹਜ਼ਰਤ ਨੇ ਆਪਣੀ ਜੇਬ ਸੁਣਾ ਇੱਕ ਰੁਪਿਆ ਹੋਰ ਨਿਕਾਲਾ ਜੋ ਕਰਦੀ ਮੈਂ ਚਲੇ ਗਏ ਨਮਾਜ਼ ਅੰਦਰ ਤੇ ਅਬ ਆਪਕੋ ਪਤਾ ਜੋਲਾ ਵਾਲੇ ਉਨਕਾ ਘਰ ਕਹਾਂ ਦਿਲ ਲਗਤਾ ਹੈ ਅਸਰ ਕੀ ਨਮਾਜ਼ ਪੜ੍ਹ ਕੇ ਗਏ ਥੇ ਮਗਰਬ ਕੇ ਲਈ ਵਾਪਸ ਆਏ ਫਿਰ ਰੋ ਰਹਾ ਥਾ ਪੁੱਛਾ ਹੁਣ ਕਿਉਂ ਰੋਂਦੇ ਹੈ ਕਹਿੰਦਾ ਹਜ਼ਰਤ ਤੁਸੀਂ ਤੇ ਦੋ ਘਰ ਛੜੇ ਜਿਹੜਾ ਗੁਆਚ ਗਿਆ ਜੋ ਵੀ ਕਦੀ ਅੰਦਰ ਦਿੱਤੇ ਨਹੀਂ ਉਹਨੇ ਆਪਨੇ ਕੋਰ ਨਿਕਾਲਾ ਤੀਨ ਕਰ ਦਿੱਤਾ ਬੱਚੀ ਨੇ ਨਹੀਂ ਕਾਸੀ ਫਿਰ ਵਸੀ ਆ ਗਈ ਨੇ ਆਪਨੇ ਇੱਕ ਹੋਰ ਨਿਕਾਲਾ ਤੀਨ ਕਰ ਦੀ ਉਹ ਜਦ ਨਮਾਜ਼ ਪੜ੍ਹ ਲਈ ਨਾ ਮਗਰਬ ਦੀ ਫਿਰ ਆ ਕੇ ਫਿਰ ਰੋ ਰਿਹਾ ਪੁੱਛਿਆ ਹੁਣ ਕੀ ਯਾਰ ਕਹਿੰਦਾ ਹਜੇ ਤੇ ਤੁਸੀਂ ਤੇ ਤਿੰਨ ਕਰ ਛੜੇ ਲੇਕਿਨ ਜਿਹੜਾ ਗੁਆਚ ਗਿਆ ਉਹ ਹੀ ਅੰਦਾ ਦੇ ਚਾਰ ਹੋਣੇ ਵਾਲਾ ਹੈ ਹਾਏ 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 ਇਹ ਦਫਾ ਬਾਬਾ ਜੀ ਨੇ ਕੁਛ ਵੀ ਨਹੀਂ ਲਿਆ ਸਰਦਾ ਖੈਚ ਕੇ ਕਿਆ ਕਹਾ ਆਪਣੇ ਫਰਮਾ ਮੇਰੇ ਮਹਬੂਬ ਨੇ ਹੱਕ ਕੋ ਸੱਚ ਹੀ ਕਹਾ ਥਾ ਇਸਕੋ ਕਬਰ ਕੀ ਮਿੱਟੀ ਕੇ ਇਲਾਵਾ ਕੋਈ ਵੀ ਨਹੀਂ ਬਣ ਸਕਤਾ ਮੈਂ ਇਹ ਨਹੀਂ ਜੇ ਪਰਿਆ ਜਾਣਾ ਮੈਨੂੰ ਆਓ ਆਪਣੇ ਰੱਬ ਨੂੰ ਰਾਜ਼ੀ ਕਰੋ ਜਿਹੜਾ ਤੇਰੇ ਮੁਕੱਦਰ ਚ ਤੈਨੂੰ ਮਿਲ ਤੇਰਾ ਰਹਿਣਾ ਮੇਰੇ ਦਿਲ ਚ ਪਾਇਆ ਹੁੰਦੀ ਧੀ ਹੈ ਕਿਉਂਕਿ ਮੈਂ ਜਿਸ ਜਲਸੇ ਵੀ ਜਾਵਾਂ ਉਹਨੂੰ ਕਿਹਾ ਪੁੱਤਰ ਤੂੰ ਮੇਰੇ ਨਗਰੀ ਪੱਖੀ ਨਹੀਂ ਝੋਲਣੀ ਧੀ ਪੱਖੀ ਝੋਲੇ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਵੀ ਧਿਆਨ ਰੱਖਿਆ ਕਰੋ ਬੱਚੀ ਹੈ ਜੋ ਵੀ ਜਿਸ ਤਰ੍ਹਾਂ ਹੀ ਆਈ ਉਸ ਗੱਲ ਨੂੰ ਤੁਸੀਂ ਛੱਡੋ ਜਦੋਂ ਨਾ ਸਾਡੇ ਹੁੰਦੇ ਆ ਧੀ ਪੱਖੀ ਝੋਲੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿਤੇ ਸਾਰੇ ਮੈਂ ਇਸ ਨੂੰ ਕਿਹਾ ਪੁੱਤਰ ਜਦੋਂ ਮੈਂ ਫੈਸਲਾਬਾਦ ਆਵਾਂ ਤੂੰ ਮੇਰੇ ਜਲਸੇ ਦੀ ਪੱਖੀ ਨਹੀਂ ਝੋਲਣੀ ਹਾਰ ਗਿਆ ਤੂੰ ਮੇਰੇ ਕੋਲ ਲੜਾ ਕਰ ਮੈਂ ਨਹੀਂ ਕੀਤਾ ਉਹਨੇ ਦੁਆਇਆ
ਜਿਹੜਾ ਤੇਰੇ ਮੁਕੱਦਰ ਜੀ ਤੈਨੂੰ ਬਗੈਰ ਪੱਖੀ ਝੋਨਿਆਂ ਵੀ ਲੱਭ ਜਾਣਾ ਵਾ, ਤੇ ਅਖਤਬਾਰ ਉਹ ਜਿਹੜਾ ਤੇਰਾ ਨਹੀਂ ਹੈ, ਤੂੰ ਜੋ ਮਰਜ਼ੀ ਕਰਨੀ ਹੈ ਤੈਨੂੰ ਮਿਲਣਾ ਕੋਈ। ਅੱਲਾ ਆਪ ਸਭ ਕੁਛ ਸਲਾਮਤ ਰੱਖੇ। ਆਪ ਨਮਾਜ਼ ਕੀ ਪਾਬੰਦੀ ਕਰੇਂਗੇ ਨਾ ਜੀ ਸਾਰੇ, ਮਾਸ਼ਾਅੱਲਾ, ਕੁਰਾਨ ਪਾਕ ਪੜ੍ਹੇਂਗੇ ਨਾ ਜੀ, ਜ਼ਿਕਰ ਕਰੇਂਗੇ ਨਾ ਜੀ, ਪੂਰੀ ਕੋਸ਼ਿਸ਼ ਕਰੇਂਗੇ ਨਾ ਅੱਲਾ ਕੋ ਰਾਜ਼ੀ ਕਰਨਾ। ਵਮਾ ਅਲੈਨਾ